ਸਿਹਤ ਸੈਂਟਰ। ਲੁਧਿਆਣਾ ਦੇ ਪਿੰਡ ਰਕਬ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਲਈ ਸੈਮੀਨਾਰ ਆਯੋਜਨ ਕੀਤਾ ਗਿਆ। ਇਸ ਮੌਕੇ NRI ਵੱਲੋਂ ਸ਼ਿਰਕਤ ਕੀਤੀ ਗਈ ਅਤੇ ਯੂਕਰੇਨ ਅਤੇ ਰੂਸ ਦੇ ਬਣੇ ਹਾਲਾਤਾਂ ਦਾ ਵੀ ਵਿਚਾਰ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁਖੀ ਕ੍ਰਿਸ਼ਨ ਕੁਮਾਰ ਬਾਬਾ ਅਤੇ ਡਾਕਟਰ ਸਵਰਾਜ ਸਿੰਘ ਨੇ ਕਿਹਾ ਕਿ ਅੱਜ ਪ੍ਰਵਾਸੀ ਪੰਜਾਬੀਆਂ ਦੇ ਮੁੱਦੇ 'ਤੇ ਸੈਮੀਨਾਰ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਈ। ਉਹਨਾਂ ਕਿਹਾ ਕਿ ਸਾਰੀ ਮੁਸ਼ਕਲਾਂ ਅਤੇ ਬਣੇ ਹਾਲਾਤਾਂ ਦਾ ਵਿਚਾਰ ਵੀ ਕੀਤਾ। ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਇੱਕ ਸੈਮੀਨਾਰ ਰੱਖਿਆ ਗਿਆ ਸੀ ਕਿ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਨੂੰ ਦੇਣ। ਉਹਦੇ ਨਾਲ ਮੇਨ ਜੋ ਐਡ ਕੀਤਾ ਗਿਆ ਡਾਕਟਰ ਸ਼ਿਵਰਾਜ ਸਿੰਘ ਜੀ, ਉਹ ਕਹਿੰਦੇ ਵੀ ਅੱਜ ਜਿਹੜੀ ਅਜੋਕੇ ਸਮੇਂ ਦੀ ਸਮੱਸਿਆ ਅਤੇ ਪੂਰੇ ਵਿਸ਼ਵ ਦੀ ਸਮੱਸਿਆ, ਜਿਹੜੀ ਯੂਕਰੇਨ ਅਤੇ ਰਸ਼ੀਆ ਦਾ ਜੋ ਵਾਰ ਚੱਲ ਰਹੀ ਹੈ ਉਹ ਇਕੱਲੀ ਉਹਨਾਂ ਦੀ ਵਾਰ ਨਾ ਸਮਝੋ, ਇਹ ਵਿਸ਼ਵ ਦੇ ਲਈ ਵੱਡਾ ਖਤਰਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਹਦੇ ਲਈ ਚਿੰਤਤ ਹੋਣਾ, ਇਹਦੇ ਲਈ ਜਾਗਰੂਕ ਹੋਣਾ, ਇਹਦੇ ਲਈ ਜਾਗਰੂਕ ਕਰਨਾ ਸਮਾਜ ਨੂੰ, ਇਹ ਸਾਡਾ ਜਾਗਰੂਕ ਲੋਕਾਂ ਦਾ ਫਰਜ਼ ਬਣਦਾ। ਅੱਜ ਜਿੱਥੇ ਡਾਕਟਰ ਸ਼ਿਵਰਾਜ ਜੀ ਨੇ, ਮੈਂ ਸਮਝਦਾ ਬਹੁਤ ਹੀ ਵਿਸਥਾਰਪੂਰਵਕ, ਹਜੇ ਓਨਾ ਨਹੀਂ ਹੋ ਸਕਿਆ ਕਿਉਂਕਿ ਸਮੇਂ ਦੀ ਕਿਤੇ ਨਾ ਕਿਤੇ ਕਮੀ ਆ ਜਾਂਦੀ ਹੈ, ਪਰ ਇਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ, ਕਈ ਬੰਦ ਪੜਦੇ ਖੋਲ੍ਹੇ ਨੇ ਜਿਹੜੀਆਂ ਸਾਡੇ ਲੋਕਾਂ ਦੇ ਗਿਆਨ ਦੇ ਵਿੱਚ ਜਾਂ ਨਹੀਂ ਜਾਣਕਾਰੀ 'ਚ ਗੱਲਾਂ ਹੁੰਦੀਆਂ, ਉਹਨਾਂ ਦਾ ਗਿਆਨ ਮਿਲਦਾ ਜਦ ਅਜਿਹੇ ਵਿਦਵਾਨ ਲੋਕ ਬੋਲਦੇ ਨੇ। ਅਤੇ ਅੱਜ ਇਹਨਾਂ ਨੇ ਜੋ ਰਸ਼ੀਆ ਦਾ ਯੂਕਰੇਨ ਦਾ ਪਿਛੋਕੜ ਦੀ ਗੱਲ ਕੀਤੀ ਹੈ, ਕਦੋਂ ਹੋਣ ਦੇ ਵਿੱਚ ਕਦੋਂ ਆਇਆ ਜਾਂ ਉਹ ਜਿਹੜੀ ਵਾਰ ਚੱਲੀ ਹੈ ਇਹਦੇ ਕਾਰਨ ਕੀ ਨੇ, ਅਤੇ ਇਹ ਕਿਵੇਂ ਇਹਨੂੰ ਸ਼ਾਂਤ ਕਰਕੇ ਵਿਸ਼ਵ ਦੇ ਵਿੱਚ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ। ਸਾਰੇ ਕਾਸੇ ਦਾ ਇੱਕੋ ਹੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼, ਉਹਨਾਂ ਦਾ ਦਿਖਾਇਆ ਰਸਤਾ, ਮਨੁੱਖਤਾ ਨੂੰ ਦਿਖਾਇਆ ਰਸਤਾ, ਕਿਉਂਕਿ ਮਨੁੱਖ ਜਿਹੜੀਆਂ ਹਿੰਜਰਾਂ ਦੇ ਵਿੱਚ, ਮਨੁੱਖ ਗਿਲੇ ਸ਼ਿਕਵਿਆਂ ਦੇ ਵਿੱਚ, ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਪੈ ਕੇ ਅਤੇ ਬਹੁਤ ਵੱਡੇ ਨੁਕਸਾਨ ਕਰ ਲੈਂਦਾ ਹੈ। ਅਤੇ ਇਹ ਇਹਨਾਂ ਨੇ ਉਹ ਗੁਰੂ ਸਾਹਿਬ ਦਾ ਉਹ ਟਾਸਰਾ ਲੈ ਕੇ ਕਿ ਅਸੀਂ ਸਾਰੇ ਮਸਲੇ ਹੱਲ ਕਰ ਸਕਦੇ ਹਾਂ ਅਤੇ ਮਸਲੇ ਹੱਲ ਹੋਣੇ ਚਾਹੀਦੇ ਨੇ, ਕਿਉਂਕਿ ਲੜਾਈ ਕਿੱਡੀ ਵੱਡੀ ਹੋ ਜੇ ਅਤੇ ਉਸ ਤੋਂ ਬਾਅਦ ਗੱਲਬਾਤ ਟੇਬਲ 'ਤੇ ਹੁੰਦੀ ਹੈ, ਅਤੇ ਕਿਉਂ ਨਾ ਗੱਲਬਾਤ ਪਹਿਲਾਂ ਹੀ ਟੇਬਲ 'ਤੇ ਹੋ ਜੇ ਤਾਂ ਕਿ ਮਨੁੱਖਤਾ ਦਾ ਨੁਕਸਾਨ ਨਾ ਹੋਵੇ। ਅੱਜ ਡਾਕਟਰ ਸਾਹਿਬ ਨੇ ਅਤੇ ਨਿਰਪਾਲ ਸਿੰਘ ਸ਼ੇਰਗਿੱਲ ਜੀ ਨੇ ਇਸ ਵਿਸ਼ੇ 'ਤੇ, ਅਤੇ ਸਾਡੇ NRI ਵੀਰ ਆਏ ਨੇ, ਸਾਹ ਅਮਰੀਕ ਸਿੰਘ ਜੀ ਜਿਹੜੇ ਅਮੈਰੀਕਾ ਤੋਂ ਆਏ ਨੇ, ਸਾਡੇ ਜੀਤੀ ਜੀ, ਸਾਡੇ ਦਿਓਲ ਸਾਹਿਬ, ਸਾਰੀਆਂ ਉਹ ਸ਼ਖਸੀਅਤਾਂ ਜਿਹੜੀਆਂ ਅਮੈਰੀਕਾ ਦੇ ਵਿੱਚ ਜਿੱਥੇ ਮਨੁੱਖਤਾ ਦੀ ਸੇਵਾ ਦੇ ਲਈ, ਜਿੱਥੇ ਅੱਜ ਮੈਂ ਦੇਖਿਆ ਇਹਨਾਂ ਨੇ ਪੰਜਾਬ ਦੇ ਵਿੱਚ ਖੇਡਾਂ, ਸੱਭਿਆਚਾਰ ਅਤੇ ਉਹਨਾਂ ਮਹਾਨ ਗੁਰੂਆਂ ਨੂੰ, ਉਹਨਾਂ ਸ਼ਹੀਦਾਂ ਨੂੰ ਯਾਦ ਕਰ ਲਈ। ਮੈਨੂੰ ਉਹ ਵੀ ਸਮਾਂ ਯਾਦ ਹੈ ਜਿਸ ਦਿਨ ਬਾਬਾ ਬੰਦਾ ਬਹਾਦਰ ਦਾ ਨੀਂਹ ਪੱਥਰ ਰੱਖਿਆ ਸੀ, ਇਹ ਬਾਬਾ ਬੰਦਾ ਤਾਂ 11 ਲੱਖ ਰੁਪਇਆ NRI ਨੇ ਦੇ ਕੇ ਇਸ ਸ਼ੁਰੂਆਤ ਕੀਤੀ ਸੀ, ਅਤੇ ਉਹ ਸ਼ਖਸੀਅਤਾਂ ਇਹਨਾਂ ਦੀ ਵੱਡੀ ਦੇਣ, ਇਹਨਾਂ ਦਾ ਅਸੀਂ ਸਾਰਿਆਂ ਦਾ, ਕਿਉਂਕਿ ਸਮਾਂ ਕੱਢ ਕੇ ਆਉਣਾ ਇਸ ਸਥਾਨ 'ਤੇ ਆਉਣਾ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੇਰਾ ਨਾਮ ਡਾਕਟਰ ਸਵਰਾਜ ਸਿੰਘ। ਸਰ, ਅੱਜ ਜਿਹੜਾ ਸੈਮੀਨਾਰ ਹੋਇਆ, ਕੀ ਮੇਨ ਵਿਸ਼ੇ ਸੀਗੇ? ਦੇਖੋ, ਇੱਕ ਉਹਦੇ 'ਚ ਤਾਂ ਸੀ ਵੀ ਰੂਸ ਯੂਕਰੇਨ ਦੀ ਜਿਹੜੀ ਲੜਾਈ ਹੋ ਰਹੀ ਉਹਦੇ ਤੋਂ ਜਿਹੜੇ ਸੰਭਾਵਿਤ ਖਤਰੇ ਆ ਉਹਨਾਂ ਬਾਰੇ ਗੱਲ ਕੀਤੀ। ਇੱਕ ਅਸੀਂ ਇਹ ਵੀ ਗੱਲ ਕੀਤੀ ਕਿ ਜਿਹੜੇ ਸਾਡੇ ਬੱਚੇ ਜਿਹੜੇ ਸੀ ਉੱਥੇ, ਉਹਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਵਿੱਚ ਜਿਹੜਾ ਹੈ ਭਾਰਤ ਸਰਕਾਰ ਦਾ ਵੀ ਬਹੁਤ ਅੱਛਾ ਉਹਦੀ ਭੂਮਿਕਾ, ਔਰ ਰੂਸ ਨੇ ਵੀ ਜਿਹੜੀ ਹੈ, ਰੂਸੀਆ ਨੇ ਇਹ ਕਿਹਾ ਸੀਗਾ ਕਿ ਦੇਖੋ ਤੁਸੀਂ ਜਿਹੜੇ ਬੱਚਿਆਂ ਨੂੰ ਕਿਹਾ ਸੀਗਾ ਕਿ ਤੁਸੀਂ ਝੰਡਾ ਜਿਹੜਾ ਹੈ ਨਾ ਭਾਰਤ 'ਚ, ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਤੁਹਾਡਾ ਕਿੱਥੋਂ ਦੇ ਹੈਗੇ, ਅਤੇ ਅਸੀਂ ਤੁਹਾਡੀ ਪੂਰੀ ਉੱਥੋਂ ਹੈਲਪ ਕਰਾਂਗੇ। ਤੁਹਾਡੀ ਮੈਂ ਇੱਥੋਂ ਤੱਕ ਸੁਣਿਆ, ਸ਼ਾਇਦ ਤੁਸੀਂ ਪੱਤਰਕਾਰ ਹੋ, ਇਹ ਗੱਲ ਦੀ ਪੁਸ਼ਟੀ ਕਰ ਲਓ ਕਿ ਪਾਕਿਸਤਾਨੀ ਜਿਹੜੇ ਉੱਥੇ ਹੈ ਉਹਨਾਂ ਨੇ ਵੀ ਭਾਰਤੀ ਝੰਡੇ ਚੁੱਕ ਕੇ ਆਪਣੀ ਜਾਨ ਬਚਾਈ ਹੈ। ਤਾਂ ਇਹ ਜਿਹੜੀ ਚੀਜ਼ ਹੈ ਬੜੀ ਜ਼ਰੂਰੀ ਹੈ ਕਿ ਕੁਛ ਜਿਹੜੇ ਸਾਡੇ ਨੇਤਾ ਨੇ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਇਸ ਵੇਲੇ ਇੱਦਾਂ ਦੀ ਗੱਲ ਕਰਨੀ ਕਿ ਉੱਥੇ ਰਹਿ ਕੇ ਬੱਚਿਆਂ ਨੂੰ ਉੱਥੇ ਲੜਨਾ ਚਾਹੀਦਾ ਸੀ, ਮਤਲਬ ਰੂਸ ਦੇ ਵਿਰੁੱਧ। ਇਹ ਤਾਂ ਬਹੁਤ ਹੀ ਜਿਹੜੀ ਮੂਰਖਤਾ ਵਾਲੀ ਗੱਲ ਹੈ ਕਿ ਦੇਖੋ ਜਿਹੜੇ ਬੱਚੇ ਉੱਥੇ ਲੜਨ ਥੋੜ੍ਹੀ ਗਏ ਸੀ, ਇਹਦੇ ਉੱਥੋਂ ਡਾਕਟਰ ਬਣਨ ਗਏ ਸੀ, ਇਹਨਾਂ ਨੇ ਫੀਸਾਂ ਭਰੀਆਂ ਅਤੇ ਆਪਣਾ ਉਹ ਕਿਉਂ ਉੱਥੇ ਰਹਿ ਕੇ ਲੜਨ ਕਿਸੇ ਨਾਲ? ਉਹਨਾਂ ਦਾ ਤਾਂ ਸੁਰੱਖਿਅਤ ਵਾਪਸ ਆਉਣਾ ਹੀ ਜਿਹੜਾ ਸੀ, ਉਹਨਾਂ ਦੇ ਮਾਪੇ ਵੀ ਚਾਹੁੰਦੇ, ਸਾਰਾ ਪੰਜਾਬ ਵੀ ਇਹ ਚਾਹੁੰਦਾ, ਸਾਰਾ ਦੇਸ਼ ਵੀ ਇਹੀ ਚਾਹੁੰਦਾ। ਜਿਹੜੇ ਬੱਚੇ ਉੱਥੇ ਬਾਹਰ ਗਏ ਸੀ, ਕਿ ਭਾਰਤ ਸਰਕਾਰ ਉਹ ਉਪਰਾਲਾ ਨਹੀਂ ਕਰ ਸਕਦੀ ਜੋ ਬਾਹਰ ਉਪਰਾਲਾ ਹੋ ਰਿਹਾ ਡਾਕਟਰ? ਹਾਂ, ਦੇਖੋ ਆਹ ਜਿਹੜਾ ਬਹੁਤ ਇੱਕ ਵਧੀਆ ਜਿਹੜਾ ਸਵਾਲ ਹੈ ਵੀ ਆਖਰ ਬੱਚਿਆਂ ਨੂੰ ਕਿਉਂ ਉੱਥੇ ਜਾਣਾ ਪੈਂਦਾ, ਪਰ ਇਹ ਜਿਹੜੀ ਗੱਲ ਹੈ ਇਹਦੇ ਬਾਰੇ ਸਾਨੂੰ ਬਹੁਤ ਸੋਚਣ ਦੀ ਲੋੜ ਹੈ ਕਿ ਜਿਹੜੀ
ਜਦੋਂ ਦੇਖੋ ਮੈਂ ਵੀ ਇੱਕ ਡਾਕਟਰ ਹਾਂ, ਮੈਂ ਵੀ ਪੇਸ਼ੇ ਵਜੋਂ ਡਾਕਟਰ ਹਾਂ। ਹੁਣ ਮੈਂ ਜਦੋਂ 50 ਸਾਲ ਤੋਂ ਪਹਿਲਾਂ ਡਾਕਟਰ ਬਣਿਆ ਤਾਂ ਉਦੋਂ ਮਤਲਬ ਜਿਹੜੇ ਆਮ ਜਿਹੜੇ ਗਰੀਬਾਂ ਦੇ ਬੱਚੇ ਵੀ, ਜਿਹੜਾ ਕੋਈ ਬੱਚਾ ਲਾਇਕ ਹੁੰਦਾ ਸੀਗਾ, ਚਾਹੇ ਗਰੀਬ ਹੋਵੇ, ਮਿਡਲ ਕਲਾਸ ਦਾ ਹੋਵੇ, ਅਮੀਰ ਹੋਵੇ, ਉਹਨਾਂ ਲਈ ਇੱਥੇ ਮਤਲਬ ਮੌਕੇ ਸੀਗੇ, ਅਪਰਚੁਨਿਟੀ ਸੀਗੇ। ਹੁਣ ਕੀ ਹੋ ਗਿਆ ਕਿ ਸਾਡੇ ਦੇਸ਼ 'ਚ ਪ੍ਰਾਈਵੇਟਾਈਜੇਸ਼ਨ ਹੋ ਗਈ ਹੈ ਅਤੇ ਉਹ ਮਤਲਬ ਇੱਕ ਇੱਕ ਕਰੋੜ ਪਹਿਲਾਂ ਤਾਂ ਡੋਨੇਸ਼ਨ ਮੰਗਦੇ ਆ ਉੱਥੇ, ਫਿਰ ਉੱਥੇ ਇੰਨੀਆਂ ਇੰਨੀਆਂ ਫੀਸਾਂ ਕਿ ਕਰੋੜ ਰੁਪਇਆ ਹੋਰ 2 ਕਰੋੜ ਦਾ ਮਸਲਾ ਬਣ ਜਾਂਦਾ। ਅਤੇ ਜਿਹੜੇ ਫਿਰ ਇਹ ਯੂਕਰੇਨ ਜਾਂਦੇ ਆ ਉਹ ਕਹਿੰਦੇ ਕਿ ਅਸੀਂ 35-30 ਲੱਖ 'ਚ ਤੁਹਾਨੂੰ ਉੱਥੇ ਰਹੋਗੇ ਵੀ, ਖਾਓਗੇ ਵੀ, ਡਿਗਰੀ ਵੀ ਮਿਲ ਜਾਏਗੀ। ਹੁਣ ਇੱਕ ਵਿਚਾਰਾ ਜਿਹੜਾ ਬੱਚਾ ਸਧਾਰਨ ਮਿਡਲ ਕਲਾਸ ਹੈ, ਕਿਸੇ ਤਾਂ ਉਹਨੂੰ 2 ਕਰੋੜ ਦਾ, ਕਿੱਥੇ ਉਹਦਾ 25-30 ਲੱਖ 'ਚ ਬਣ ਜਾਣਾ। ਇਹ ਕਾਰਨ ਹੈ ਕਿ ਸਾਡੇ ਬੱਚੇ ਉੱਥੇ ਵਿਦੇਸ਼ਾਂ ਜਾ ਕੇ ਰੁਲਦੇ ਆ। ਅਤੇ ਜੇ ਅਸੀਂ ਮਤਲਬ ਉਹਨਾਂ ਬੱਚਿਆਂ ਨੂੰ ਆਪਣੇ ਦੇ, ਸਾਡਾ ਫਰਜ਼ ਬਣਦਾ, ਸਾਡੇ ਸਮਾਜ ਦਾ ਫਰਜ਼ ਬਣਦਾ ਕਿ ਘੱਟੋ ਘੱਟ 2 ਚੀਜ਼ਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਕਿਸੇ ਵੀ ਸਮਾਜ ਦੀਆਂ, ਇੱਕ ਹੁੰਦਾ ਵਿੱਦਿਆ, ਇੱਕ ਹੁੰਦੀ ਹੈ ਸਿਹਤ ਸੇਵਾਵਾਂ, ਐਜੂਕੇਸ਼ਨ ਐਂਡ ਹੈਲਥ ਕੇਅਰ। ਤੋ ਇਹ ਤਾਂ ਸਾਡੀ ਇੱਕ ਨੈਤਿਕ ਫਰਜ਼ ਬਣਦਾ ਸਾਡਾ ਕਿ ਅਸੀਂ ਆਪਣੇ ਸ਼ਹਿਰੀਆਂ ਦੀਆਂ ਇਹ 2 ਲੋੜਾਂ ਜਿਹੜੀਆਂ ਨੇ ਬੁਨਿਆਦੀ ਪੂਰੀਆਂ ਕਰੀਏ। ਇਹ ਇਹਦੇ ਨਾਂ ਤਾਂ ਹੀ ਜਿਹੜਾ ਹੈ ਇਹ ਸਾਡੇ ਬੱਚੇ ਵਿਚਾਰੇ ਉਹਨਾਂ ਨੂੰ ਜਾ ਕੇ ਵਿਦੇਸ਼ਾਂ 'ਚ ਧੱਕੇ ਖਾਣੇ ਪੈਂਦੇ ਆ। ਤੋ ਇਹ ਜਿਹੜਾ ਹੈਗਾ ਕਿ ਵੈਸੇ ਤਾਂ ਰੂਸ ਅਤੇ ਯੂਕਰੇਨ ਦੀ ਜਿਹੜੀ ਲੜਾਈ ਅਸੀਂ ਕਹਿ ਰਹੇ ਹੋ ਰਹੀ ਹੈ, ਔਰ ਸਾਰੀ ਦੁਨੀਆਂ ਦੇ ਵਿੱਚ ਇਹ ਮਸਲਾ ਅੱਜ ਬਹੁਤ ਭਖਿਆ ਹੋਇਆ, ਲੇਕਿਨ ਇਹਦੇ ਪਿਛੋਕੜ ਇਹ ਹੈਗਾ ਕਿ ਰੂਸ ਅਤੇ ਯੂਕਰੇਨ ਦੀ ਲੜਾਈ ਨਹੀਂ ਹੋ ਰਹੀ, ਇਹ ਲੜਾਈ ਯੂਕਰੇਨ ਦੇ ਇੱਕ ਮੋਹਰੇ ਦੇ ਵਜੋਂ ਵਰਤਿਆ ਜਾ ਰਿਹਾ, ਲੜਾਈ ਅਮਰੀਕਾ ਅਤੇ ਰੂਸ ਦੀ ਹੋ ਰਹੀ। ਸੋ ਇਹ ਜਿਹੜੀ ਲੜਾਈ ਹੈ ਇਹਦਾ ਜਿਹੜਾ ਪ੍ਰਭਾਵ ਹੈ ਉਹ ਸਾਰੇ ਸੰਸਾਰ 'ਤੇ ਸਾਰੇ ਪੈ ਸਕਦੇ, ਕਿਉਂਕਿ ਜਿਹੜੀ ਰੂਸ ਜਿਹੜੀ ਹੈਗੀ ਆ, ਇੱਕ ਪਾਸੇ ਰੂਸ ਹੈਗਾ, ਇੱਕ ਪਾਸੇ ਅਮਰੀਕਾ, ਹੋਰ ਸਾਰੇ ਪੱਛਮੀ ਦੇਸ਼ ਜਿਹੜੇ ਆ ਉਹਦੇ ਨਾਲ ਮਿਲੇ ਹੋਏ ਆ, ਅਤੇ ਉਹ ਯੂਕਰੇਨ ਨੂੰ ਹਥਿਆਰ ਦੇ ਰਹੇ ਨੇ, $अरबों ਦਾ ਜਿਹੜਾ ਹਥਿਆਰ ਉੱਥੇ ਦਿੱਤਾ ਗਿਆ। ਹੁਣ ਖਤਰਾ ਇਹ ਹੈ ਸਾਰੀ ਮਨੁੱਖਤਾ ਨੂੰ ਕਿ ਰੂਸ ਜਦੋਂ ਇਹ ਮਹਿਸੂਸ ਕਰੇਗਾ ਕਿ ਮੈਨੂੰ ਇਹਨਾਂ ਨੇ ਘੇਰਿਆ ਸਾਰਿਆਂ ਨੇ ਮਿਲ ਕੇ, ਤਾਂ ਉਹਦੇ ਕੋਲ ਕਿਹੜੀ ਚੀਜ਼ ਹੈ ਜਿਹੜੀ ਸਭ ਤੋਂ ਜ਼ਿਆਦਾ ਉਹਦੇ ਜਿਹੜੀ ਵਰਤ ਸਕਦਾ ਕਿ ਜਿਹੜੀ ਬਾਕੀਆਂ ਕੋਲ ਨਹੀਂ ਹੈ, ਤਾਂ ਉਹ ਹੈ ਪਰਮਾਣੂ ਹਥਿਆਰ। ਕਿਉਂਕਿ ਇੱਕ ਖੇਤਰ ਦੇ ਵਿੱਚ ਰੂਸ ਸਾਰਿਆਂ ਨੂੰ ਅੱਗੇ ਹੈ ਕਿ ਜਿੰਨੇ ਪਰਮਾਣੂ ਹਥਿਆਰ ਰੂਸ ਕੋਲ ਇਕੱਲੇ ਕੋਲ ਹੈ, ਉਨੀ ਸਾਰੀ ਦੁਨੀਆ ਕੋਲ ਮਿਲਾ ਕੇ ਨਹੀਂ ਬਣਦੇ। ਤੋ ਜ਼ਾਹਰ ਹੈ ਕਿ ਜਦੋਂ ਵੀ ਕਿਸੇ ਬੰਦੇ ਨੂੰ ਇਹ ਖਤਰਾ ਹੋ ਜਾਂਦਾ ਕਿ ਵੀ ਮੈਨੂੰ ਮਾਰ ਦਿੱਤਾ ਜਾਣਾ, ਮੈਨੂੰ ਖਤਮ ਕਰ ਦਿੱਤਾ ਜਾਣਾ, ਫਿਰ ਉਹਦੇ ਕੋਲ ਜੋ ਵੀ ਹੁੰਦਾ ਉਹ ਕਹਿੰਦਾ ਵਰਤ ਲਓ। ਤੋ ਇਹ ਇੱਕ ਜਿਹੜਾ ਖਤਰਾ ਹੈ ਦੁਨੀਆ ਨੂੰ ਕਿ ਜਦੋਂ ਰੂਸ ਨੂੰ ਇਹ ਲੱਗਾ ਕਿ ਮੇਰੀ ਹੋਂਦ ਨੂੰ ਖਤਰਾ ਹੈਗਾ, ਅਤੇ ਉਹ ਕਹੇਗਾ ਮੇਰੇ ਮਰਨ ਤੋਂ ਪਹਿਲਾਂ ਮੈਂ ਇਹਨਾਂ ਨੂੰ ਮਾਰ ਜਾਂ, ਅਤੇ ਉਹ ਇਹ ਇੱਕ ਜਿਹੜਾ ਖਤਰਾ। ਅਤੇ ਉਹਦੇ ਨਾਲ ਕੀ ਹੈ ਕਿ ਮੈਨੂੰ ਇਹ ਲੱਗਦਾ ਕਿ ਰੂਸ ਜਿਹੜਾ ਹੈਗਾ ਇਸ ਤੋਂ ਬਾਅਦ ਜੇ ਯੂਕਰੇਨ ਦੇ ਵਿੱਚ ਜਿਹੜੀ ਲੜਾਈ ਨਾ ਹਟੀ ਤਾਂ ਇੰਗਲੈਂਡ ਨੂੰ ਚੁਣੇਗਾ ਜਿਹੜਾ ਪਰਮਾਣੂ ਹਥਿਆਰ। ਕੀ ਕਹਿਣਾ ਮੋਦੀ ਸਾਹਿਬ ਜਦੋਂ ਵੀ ਕਦੇ ਸਪੋਰਟ ਰਸ਼ੀਆ ਦੀ ਕਰ ਰਹੇ ਆ, ਉਹਨਾਂ ਦੀ ਕੋਈ ਵੋਟਿੰਗ ਹੁੰਦੀ ਹੈ, ਵੋਟਿੰਗ 'ਚ ਹਿੱਸਾ ਨਹੀਂ ਲੈ ਰਹੇ, ਕੀ ਗੱਲ? ਦੇਖੋ ਮੈਂ ਜਿਹੜੀ ਗੱਲ ਹੈ ਨਾ ਕਿ ਮੈਂ ਪਹਿਲਾਂ ਉਹ ਗੱਲ ਉਹੀ ਮੰਗਾਂ ਕਿ ਇੱਕ ਤਾਂ ਇਹ ਕਿ ਉਸ ਤੋਂ ਬਾਅਦ ਵੀ ਜੇ ਲੜਾਈ ਨਾ ਇੰਗਲੈਂਡ ਤੋਂ ਤਾਂ ਫਿਰ ਅਮਰੀਕਾ ਅਤੇ ਰੂਸ ਦੀ ਲੜਾਈ ਹੋ ਸਕਦੀ, ਜਿਹੜੀ ਕਿ ਸਾਰੀ ਦੁਨੀਆ ਉਹਦੇ 'ਚ ਵਿਨਾਸ਼ ਹੋ ਸਕਦਾ। ਇੱਕ ਇਹ ਖਤਰਾ ਸਾਨੂੰ। ਦੂਸਰਾ ਜਿਹੜਾ ਇਹਨਾਂ ਨੇ ਕਿਹਾ ਕਿ ਭਾਰਤ ਨੇ ਜਿਹੜਾ ਸਟੈਂਡ ਲਿਆ ਹੈਗਾ ਕਿ ਭਾਰਤ ਨੇ ਜਿਹੜਾ ਹੈਗਾ ਇਹਦੇ ਵੋਟਿੰਗ ਦੇ ਵਿੱਚ ਜਿਹੜੀ ਨਹੀਂ ਹਿੱਸਾ ਲਿਆ। ਹੁਣ ਗੱਲ ਦੇਖੋ ਕਿ ਭਾਰਤ ਨੇ ਜਾਂ ਹੋਰ ਦੇਸ਼ਾਂ ਨੇ, ਚੀਨ ਨੇ ਵੀ ਕੀਤਾ, ਆਪਣੇ ਜਿਹੜੇ ਹੋਰ ਜਿਹੜੇ ਬੰਗਲਾਦੇਸ਼ ਨੇ ਵੀ ਕੀਤਾ, ਪਾਕਿਸਤਾਨ ਨੇ ਕੀਤਾ, ਸ਼੍ਰੀਲੰਕਾ ਨੇ ਕੀਤਾ, ਸਾਰੇ ਜਿਹੜੇ ਸਾਡੇ ਭਾਰਤੀ ਉਪ ਮਹਾਂਦੀਪ ਦੇ ਵੱਡੇ ਦੇਸ਼ ਨੇ ਉਹਨਾਂ ਨੇ ਉਹੀ ਕੀਤਾ, ਸਾਰਿਆਂ ਨੇ ਇੱਕੋ ਹੀ ਕਿ ਉਹਨਾਂ ਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ। ਚੀਨ ਜਿਹੜਾ ਮਤਲਬ ਅਮਰੀਕਾ ਨੇ ਬਹੁਤ ਜ਼ਿਆਦਾ ਸਾਡੇ 'ਤੇ ਦਬਾਅ ਪਾਇਆ, ਤੁਸੀਂ ਰੂਸ ਦੇ ਵਿਰੁੱਧ ਵੋਟ ਪਾਓ, ਰੂਸ ਨੇ ਨਹੀਂ ਕਿਹਾ ਕਿ ਤੁਸੀਂ ਅਮਰੀਕਾ ਦੇ ਵਿਰੁੱਧ ਪਾਓ, ਅਮਰੀਕਾ ਕਹਿੰਦਾ ਕਿ ਰੂਸ ਦੇ ਵਿਰੁੱਧ ਪਾਓ। ਤੋ ਭਾਰਤ ਉਹਨਾਂ ਨੇ ਤਾਂ ਰੂਸ ਨੇ ਕਿਹਾ ਕਿ ਤੁਸੀਂ ਵੋਟ ਹੀ ਨਾ ਪਾਓ, ਸਾਨੂੰ ਸਾਡੇ ਲਈ ਠੀਕ ਹੈ, ਤੁਸੀਂ ਨਿਰਪੱਖ ਹੋ ਜਾਓ, ਉਹਨਾਂ ਨੇ ਇਹ ਕਿਹਾ। ਤੋ ਰੂਸ ਬਹੁਤ ਖੁਸ਼ ਹੈ ਕਿ ਸਾਰਾ ਜਿਹੜਾ ਭਾਰਤੀ ਉਪ ਮਹਾਂਦੀਪ ਹੈ, ਜਿੰਨੇ ਵੱਡੇ ਦੇਸ਼ ਹੈ, ਸਾਰਿਆਂ ਨੇ ਇਸ ਵੋਟਿੰਗ 'ਚ ਹਿੱਸਾ, ਅਮਰੀਕਾ ਦੀ ਗੱਲ ਨਹੀਂ ਮੰਨੀ। ਅੱਛਾ ਫਿਰ ਆਪਾਂ ਇੱਕ ਗੱਲ ਹੋਰ ਹੈ ਕਿ ਆਪਾਂ ਕਹਿੰਦੇ ਹਾਂ ਜੀ ਦੇਖੋ ਜੀ ਅਮਰੀਕਾ ਕਹਿੰਦਾ ਮੈਂ 141 ਦੇਸ਼ ਮੇਰੇ ਹੱਕ 'ਚ ਭੁਗਤੇ ਆ, 35 ਦੇਸ਼ਾਂ ਨੇ ਵੋਟ ਨਹੀਂ ਪਾਈ, ਹੈ ਜੀ, ਅਤੇ 5 ਦੇਸ਼ ਉਹਦੇ ਰੂਸ ਦੇ ਹੱਕ 'ਚ ਗਏ। ਲੇਕਿਨ ਇਹ ਵੀ ਪੂਰਾ ਸੱਚ ਨਹੀਂ ਹੈ। ਹੁਣ ਜਿਹੜੇ 35 ਦੇਸ਼ ਹੈ, ਜੇ ਉਹਨਾਂ ਦੀ ਆਪਾਂ ਵਸੋਂ ਮਿਲਾ ਲਈਏ, ਆਪਾਂ ਜੇ ਸਿਰਫ ਚੀਨ, ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼, ਸ਼੍ਰੀਲੰਕਾ ਦੀ ਵਸੋਂ ਮਿਲਾ ਲਈਏ, ਸੰਸਾਰ ਦੀ ਅੱਧੀ ਤੋਂ ਜ਼ਿਆਦਾ ਵਸੋਂ ਹੈ। ਤਾਂ ਜੇ ਉਹਦੇ ਰੂਸ ਦੇ ਵੀ ਵਸੋਂ ਮਿਲਾ ਲਓ ਹੋਰ, ਤਾਂ ਅੱਧੀ ਤੋਂ ਜ਼ਿਆਦਾ ਵਸੋਂ ਨੇ, ਤਾਂ ਰੂਸ ਦੇ ਹੱਕ 'ਚ ਜਾ ਇਹ ਕਹਿ ਦਿਓ ਕਿ ਅਮਰੀਕਾ ਦੇ ਦਬਾਅ ਹੇਠ ਨਹੀਂ ਆਈ, ਤਾਂ ਕਿਹਦੀ ਜਿੱਤ ਹੋਈ ਫਿਰ? ਤਾਂ ਅਮਰੀਕਾ ਨਹੀਂ ਲੈ ਸਕਿਆ ਸਾਰੀ ਦੁਨੀਆ ਨੂੰ ਆਪਣੇ ਵੱਲ। ਤਾਂ ਰੂਸ ਨੇ ਭਾਰਤ ਦਾ ਧੰਨਵਾਦ ਕੀਤਾ ਹੈਗਾ ਕਿ ਤੁਸੀਂ ਜਿਹੜਾ ਸਾਡੀ ਮਾਨ ਰੱਖਿਆ ਕਿ ਤੁਸੀਂ ਸਾਡੇ ਵਿਰੁੱਧ ਵੋਟ ਨਹੀਂ ਪਾਏ। ਤਾਂ ਇਸ ਕਰਕੇ ਪਰਿਭਾਸ਼ਾ ਕੀ ਹੈ ਜੀ, ਨਾਟੋ ਦੀ ਪਰਿਭਾਸ਼ਾ ਕੀ ਹੈ? ਨਾਟੋ ਦੀ ਪਰਿਭਾਸ਼ਾ, ਨਾਟੋ ਇੱਕ ਜਿਹੜਾ ਹੋਂਦ ਹੀ ਉਹਦੀ ਇਹ ਹੈ ਕਿ ਉਹ ਰੂਸ ਦੇ ਵਿਰੁੱਧ ਇੱਕ ਜਿਹੜਾ ਮਿਲਟਰੀ ਦਾ ਜਿਹੜਾ ਗੱਠਜੋੜ ਹੈ,
ਜਿਹਦਾ ਮਕਸਦ ਹੀ ਸ਼ੁਰੂ ਤੋਂ ਇਹ ਸੀਗਾ। ਇਹੀ ਤਾਂ ਜਿਹੜੀ ਗੱਲ ਮੈਂ ਕਹੀ ਕਿ ਰੂ ਜਦੋਂ ਸੋਵੀਅਤ ਯੂਨੀਅਨ ਸੀਗਾ ਉਦੋਂ ਨਾਟੋ ਹੋਣ 'ਚ ਆਇਆ ਕਿ ਉਦੋਂ ਮਤਲਬ ਜਿਹੜਾ ਅਮਰੀਕਾ ਅਤੇ ਯੂਰਪੀ ਦੇਸ਼ ਜਿਹੜੇ ਪੱਛਮੀ ਯੂਰਪੀਅਨ ਦੇਸ਼ ਇਹ ਸਮਝਦੇ ਸੀ ਕਿ ਸਾਨੂੰ ਸਭ ਤੋਂ ਵੱਡਾ ਖਤਰਾ ਰੂਸ ਤੋਂ ਹੈ। ਨਾਟੋ ਰੋਲ ਕੀ ਅਦਾ ਕਰ ਰਿਹਾ? ਅਤੇ ਨਾਟੋ ਹੁਣ ਜਿਹੜਾ ਪੂਰੀ ਤਰ੍ਹਾਂ ਅਮਰੀਕਾ ਨਾਲ ਰਲ ਕੇ ਰੂਸ ਦੇ ਵਿਰੁੱਧ ਜਿਹੜਾ ਉੱਥੇ ਯੂਕਰੇਨ ਨੂੰ ਚੱਕ ਰਿਹਾ ਹੈ। ਤੋ ਇਹ ਸਾਰੇ ਇਕੱਠੇ ਨੇ ਨਾਟੋ ਅਤੇ ਅਮਰੀਕਾ ਜਿਹੜੇ ਮਤਲਬ ਸਾਰੇ ਇਕੱਠੇ ਹੋ ਕੇ ਰੂਸ ਦੇ ਮਤਲਬ ਉਹ ਇੱਕ ਪਾਸੇ ਇਕੱਲਾ ਰੂਸ ਹੈ, ਇੱਕ ਪਾਸੇ ਸਾਰੇ ਦੇਸ਼ ਰਲ ਹੋਏ ਨੇ ਅਤੇ ਰੂਸ ਕੋਲ ਇੱਕੋ ਇੱਕ ਹੈਗਾ ਕਿ ਆਖਰੀ ਹਥਿਆਰ ਨੂੰ ਰੋਕਣ ਦੇ ਲਈ ਜਾਂ ਕੀ ਅਰਦਾਸ ਕਰਨੀ ਚਾਹੀਦੀ ਹੈ, ਕੀ ਲੋਕਾਂ ਦੇ ਭਲੇ ਲਈ ਕਰਨਾ ਚਾਹੀਦਾ ਜਿਹੜਾ ਬਣੇ? ਹਾਂਜੀ ਦੇਖੋ ਨਾ, ਅਰਦਾਸ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਲੀਡਰਾਂ ਨੂੰ ਸਮੱਤ ਬਖਸ਼ ਕਿ ਇਹ ਸੰਸਾਰ ਨੂੰ ਘੱਟੋ ਘੱਟ ਤਬਾਹ ਨਾ ਕਰਨ। ਜਿੱਦਾਂ ਕਹਿੰਦਾ ਸਾਰਾ ਜਾਂਦਾ ਦੇਖੀ ਅੱਧਾ ਦੇਈਏ ਵੰਡ, ਵੀ ਤਬਾਹ ਨਾ ਕਰੋ ਯਾਰ, ਵੰਡ ਲਓ ਜਿੱਦਾਂ ਵੀ ਆਪਣਾ ਕੋਈ ਮਿਲ ਬੈਠ ਕੇ। ਅਤੇ ਉਹਦੇ 'ਚ ਇੱਕ ਗੱਲ ਹੋ ਸਕਦੀ ਹੈ, ਹੁਣ ਸਮਝੌਤਾ ਕਿੱਦਾਂ ਹੋ ਸਕਦਾ ਕਿ ਜਿਹੜੀਆਂ ਰੂਸ ਦੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲਓ, ਨਜਾਇਜ਼ ਕਿਸੇ ਦੇ ਨਾ ਮੰਨੋ, ਜਾਇਜ਼ ਮੰਗ ਲਓ। ਜਾਇਜ਼ ਮੰਗ ਕੀ ਹੈ ਕਿ ਰੂਸ ਕਹਿੰਦਾ ਕਿ ਯੂਕਰੇਨ ਜਿਹੜਾ ਹੈਗਾ ਇਹ ਨਿਰਪੱਖ ਹੋ ਜਾਏ, ਇਹ ਕੋਈ ਕੀ ਵੱਡੀ ਗੱਲ ਹੈ ਉਹਨੂੰ ਨਿਊ। ਅੱਛਾ ਜੇ ਇਹ ਆਪਣੇ ਇਹਨਾਂ ਦੇ ਅਮਰੀਕਾ ਕਹਿੰਦਾ, ਨਾਟੋ ਕਹਿੰਦਾ ਸਾਡੇ ਤਾਂ ਵਕਾਰ ਦਾ ਮਸਲਾ, ਚਲੋ ਯੂਕਰੇਨ ਆਪ ਹੀ ਕਹਿ ਦੇ ਕਿ ਮੈਂ ਤਾਂ ਨਾਟੋ ਦਾ ਮੈਂਬਰ ਬਣਨਾ ਹੀ ਨਹੀਂ ਚਾਹੁੰਦਾ, ਗੱਲ ਖਤਮ, ਗੱਲ ਖਤਮ ਹੋ ਗਈ। ਠੀਕ ਹੈ।